प्रदर्शी चैनल के सारे दर्शकों मेरी यानी चंद्र नागपाल की प्यार भरी नमस्कार सत श्री अकाल। दोस्तों खेती अन्नदाता किसान प्रोग्राम के तहत अज असी तुहानू लेके आए हाँ पिंड भद्दल थूहा जो कि अमलोह के बिल्कुल कोल है और जिला फतेहगढ़ पैंदा है। उत्थों एक उगे किसान जिन्होंने खेती की दुनिया के वधिया नामना खटिया है ते विभिन्न खेती नूं जोर दिती है। खेती की विभिन्नता दे माहिर कह सकते हैं क्योंकि लंबे समय तो लगभग 76 साल की इन्हां दी उम्र हो चुकी है। लंबा समा इन्हां दा तजर्बा जो खेतीबाड़ी लई है और इन्हां नूं बहुत तरह दीआं जड़ियां बूटियां का भी ज्ञान है, शौक रखते हैं। सो आपां गल करवाने आ तुहानूं सरदार फूला सिंह जी नाल। सत श्री अकाल जी। सत श्री अकाल जी। साडे दर्शक तुहानूं लाइव देख रहे ने ते सब तो पहला तो असीं इह जानना चाहांगे कि तुहाडा परिचय तुहाडी जबानी हो जाए जरा। सत श्री अकाल महाराज। पहला तो तुहाडा धन्नवाद करदे हां जिहड़े तुसीं साडे इत्थे पहुंचे हो। तो दूजा यह है मैं फूला सिंह पिंड भद्दल थूहा थाना मलोह डिस्ट्रिक्ट फतेहगढ़ साहब का रहना जी। पहला तो ही पुठे पुठे काम करने की आदत है। उस तो बाद वैदिक भी करते हैं। वेरी गुड। हाँ जी, क्योंकि साढ़े बुजुर्ग भी वैदिक करते, दादा जी भी वैदिक करते, इसलिए जड़ियां बूटियां का थोड़ा शौक है। जिस तरह हर किस्म का बूटा जी लाने जिमें हम एक ही लाने ने अपना हैड। अच्छा जी। तो जी तरीफने पैंती है उड़ीफनेड का लावे तो कपूर के बूटे लावे। वेरी नाइस। कपूर का की होंगे फल होंगे की चीज होंगी है कपूर का? कपूर के रस जो आप देखते हैं वह तो एक डलिया डलिया जी होंगे ने ਉਹਦੇ ਵਿੱਚੋਂ ਰਸ ਉਹਦਾ ਨਿਕਲਦਾ, ਪੱਤਿਆਂ ਨੂੰ ਪੀੜ ਕੇ ਰਸ ਨਿਕਲਦਾ, ਰਸ ਕੱਢ ਕੇ ਉਹਨੂੰ ਕੜਾਹੀ ਉਹਨੂੰ ਫਿਰ ਉਹ ਕਰ ਲਈਦਾ, ਪਕਾਇਆ ਜਾਂਦਾ ਜਿਸ ਤਰ੍ਹਾਂ ਦੁੱਧ ਚੋਂ ਖੋਆ ਕੱਢਦੇ ਆ ਜੀ ਜੀ, ਇਸ ਤਰ੍ਹਾਂ ਫਿਰ ਉਹਦੀਆਂ ਟਿੱਕੀਆਂ ਬਣਾ ਲਓ ਜਾਂ ਉਹਦਾ ਇਕੱਠਾ ਡਰਾ ਜੋ ਵੀ ਮਰਜ਼ੀ ਕਰੋ ਇਸ ਤਰ੍ਹਾਂ ਬਣਦਾ। ਅਤੇ ਬਾਕੀ ਔਲਿਆਂ ਦੇ ਬੂਟੇ ਲਾ ਰੱਖੇ ਨੇ। ਸੁਆਂਜਣਾ ਸਭ ਤੋਂ ਜ਼ਰੂਰੀ ਜਾਣੀ ਅੱਜ ਸੁਆਂਜਣਾ ਲਾਓ ਜਿਸ ਨੂੰ ਆਪਾਂ ਸਹਿਜਨ ਜਾਂ ਮੋਰਿੰਗਾ ਵੀ ਕਹਿੰਦੇ ਨੇ, ਉਹ ਵੀ ਮੇਰੇ ਕੋਲ 5-7 ਬੂਟੇ ਹੈਗੇ। ਇੱਕ ਹੀ ਫਲੀਆਂ ਅਚਾਰ ਵਾਸਤੇ ਤੋੜੀਆਂ ਨਹੀਂ ਹੈਗੀਆਂ, ਬੀ ਵੀ ਦੇਵਾਂਗੇ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਗਾਹਾਂ ਲਾਉਣ ਵਾਸਤੇ। ਸੁਆਂਜਣੇ ਦੀ ਮਹੱਤਵ ਇਹ ਹੈ ਵੀ ਉਹ 24 ਘੰਟੇ ਜੀ ਆਕਸੀਜਨ ਛੱਡਦਾ ਜੀ ਜੀ, ਜਿਸ ਤਰ੍ਹਾਂ ਪਿੱਪਲ ਹੈ ਨਾ ਇੱਕ ਜੀ, ਪਿੱਪਲ 24 ਘੰਟੇ ਆਕਸੀਜਨ ਛੱਡਦਾ। ਇਸੇ ਵਾਸਤੇ ਸਾਡੇ ਲੋਕਾਂ ਨੇ ਧਰਮ ਨਾਲ ਜੋੜਤਾ ਸੀ ਵੀ ਇਹ ਪੰਡਤਾਂ ਤੋਂ ਬਿਨਾਂ ਇਹਨਾਂ ਨੂੰ ਕੋਈ ਵੱਢ ਨਹੀਂ ਸਕਦਾ ਜੀ। ਲੇਕਿਨ ਹੈ ਗੱਲ ਉਹਨਾਂ ਦੀ ਉਹਦੇ ਗੁਣਾਂ ਦੀ, ਗੁਣਾਂ ਦੀ ਠੀਕ ਹੈ ਜੀ। ਠੀਕ ਹੈ ਜੀ। ਇਸੇ ਤਰ੍ਹਾਂ ਸੁਆਂਜਣੇ ਦੀ ਹੈ, ਸੁਆਂਜਣ ਵੀ 24 ਘੰਟੇ ਹੀ ਆਕਸੀਜਨ ਛੱਡਦਾ। ਇਹਦੀ ਜੜ ਵੀ ਕੰਮ ਆਉਂਦੀ ਹੈ, ਇਹਦਾ ਸੱਕ ਵੀ ਕੰਮ ਆਉਂਦਾ। ਅੱਛਾ ਜੀ। ਇਹਦੇ ਪੱਤੇ ਵੀ ਕੰਮ ਆਉਂਦੇ ਆ, ਫੁੱਲ ਵੀ ਕੰਮ ਆਉਂਦੇ ਆ ਤੇ ਫਲੀਆਂ ਵੀ ਕੰਮ ਆਉਂਦੀਆਂ। ਫੁੱਲ ਫਲੀਆਂ ਤਾਂ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਸਬਜ਼ੀ 'ਚ ਅਸੀਂ ਬਚਪਨ ਤੋਂ ਖਾਂਦੇ ਆ ਰਹੇ ਹਾਂ, ਦੇਖਦੇ ਆ ਰਹੇ ਹਾਂ, ਪਰ ਜਿਹੜੀ ਇਹ ਗੱਲ ਹੈ ਪੱਤਿਆਂ ਦੀ ਉਹ ਵੀ ਪਤਾ ਹੈ ਕਿ ਉਹ ਮੋਰਿੰਗਾ ਜਿਹੜੇ ਕੈਪਸੂਲ ਬਣਦੇ ਨੇ ਜਿਹੜੇ ਕਿ ਸੈਂਕੜੇ ਰੁਪਏ ਦੀ ਡੱਬੀ ਲੈਂਦੇ ਹਾਂ ਅਸੀਂ 20-30 ਕੈਪਸੂਲਸ ਦੀ, ਉਹਦੇ ਵਿੱਚ ਸਿਰਫ ਇਹਦੇ ਸੈਜਨ ਦੇ ਪੱਤੇ ਪਾਏ ਜਾਂਦੇ ਨੇ, ਪੱਤੇ ਪਾਏ ਜਾਂਦੇ ਪਾਊਡਰ ਲਾ ਕੇ। ਹੁਣ ਮੈਂ ਆਪਣਾ ਸਵੇਰੇ ਉੱਠ ਕੇ ਮੇਰਾ ਰੂਟੀਨ ਹੈ, ਮੈਂ ਇੱਕ ਮੁੱਠੀ ਪੱਤਿਆਂ ਦੀ ਡੇਲੀ ਖਾਂਦਾ। ਕੱਚੇ ਜੀ? ਕੱਚੇ ਚੱਪ ਲਈ। ਇਹ ਖਾਣੇ 'ਚ ਸਵਾਦ ਇਹਨਾਂ ਦਾ ਕਿਸ ਤਰ੍ਹਾਂ ਦਾ ਹੁੰਦਾ? ਸਵਾਦ ਤਾਂ ਇਹਦਾ ਬਸ ਕੁਛ ਨਹੀਂ, ਇਹਦਾ ਫੁੱਕਾ ਜਿਹਾ ਸਵਾਦ ਹੈ, ਕੋਈ ਖਾਸ ਗੱਲ ਨਹੀਂ ਹੈ ਖਾਣ 'ਚ, ਦਿੱਕਤ ਨਹੀਂ ਹੈ, ਕੋਈ ਖਾਣ 'ਚ ਦਿੱਕਤ ਨਹੀਂ। ਨਰਮ ਨਰਮ ਪੱਤੇ ਤੋੜੋ ਨਾ, ਕੜੇ ਨਾ ਤੋੜੋ, ਅਤੇ ਫਿਰ ਇਹ ਹੈ ਵੀ ਇਹਦੇ ਪੱਤਿਆਂ ਦੀ ਸਬਜ਼ੀ ਭੁਰਜੀ ਵੀ ਬਣ ਜਾਂਦੀ ਹੈ। ਅੱਛਾ ਜੀ। ਬਣਾਉਣ ਦਾ ਢੰਗ? ਸੋ ਇਸਦੇ ਕੀ ਫਾਇਦੇ ਨੇ ਸਹਿਜਨ ਦੇ ਜੇ ਆਪਾਂ ਹੁਣ ਗੱਲ ਚੱਲ ਹੀ ਪਈ ਹੈ, ਹਾਲਾਂਕਿ ਸਾਡੇ ਵਿਸ਼ੇ ਤੋਂ ਬਾਹਰ ਦੀ ਗੱਲ ਹੈ ਪਰ ਫਿਰ ਵੀ ਗੱਲ ਚੱਲ ਪਈ ਹੈ ਤਾਂ ਆਪਾਂ ਇਸ ਬਾਰੇ ਥੋੜ੍ਹਾ ਜਾਣਕਾਰੀ ਆਪਣੇ ਦਰਸ਼ਕਾਂ ਨੂੰ। ਸੁਆਂਜਣ ਦੇ ਫਾਇਦੇ ਇਹ ਨੇ ਜੇ ਵੀ ਸੁਆਂਜਣ ਨੂੰ ਇਹ ਦੱਸਿਆ ਜਾਂਦਾ ਗ੍ਰੰਥਾਂ 'ਚ ਵੀ ਇਹ 180 ਰੋਗਾਂ ਦੀ ਦਵਾਈ ਹੈ। ਕਿਆ ਬਾਤ। ਜਿਹੜਾ ਬੰਦਾ ਇਹਦੀ ਵਰਤੋਂ ਕਰਦਾ ਹੈ ਜੀ ਉਹ 180 ਰੋਗਾਂ ਤੋਂ ਰਹਿਤ ਰਹਿੰਦਾ ਹੈ, ਮਤਲਬ ਲਗਭਗ ਸਰੀਰ ਦੀਆਂ ਕਾਫੀ ਹੱਦ ਤੱਕ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ। ਖਾਸ ਕਰ ਲੀਵਰ ਦੀ, ਲੀਵਰ ਤੋਂ ਸਾਰੀਆਂ ਬਿਮਾਰੀਆਂ ਚੱਲਦੀਆਂ ਨੇ। ਬਿਲਕੁਲ ਠੀਕ ਹੈ। ਲੀਵਰ ਜਾਂ ਪੇਟ ਇਹ ਦੋ ਚੀਜ਼ਾਂ ਸਹੀ ਹੋਣ ਬਿਲਕੁਲ ਇਹਨੇ ਸਭ ਕੁਝ ਬਿਮਾਰੀ ਨਹੀਂ ਹੈ। ਇਹ 'ਚ ਕੈਲਸ਼ੀਅਮ ਬਹੁਤ ਹੁੰਦਾ, ਗੋਡੇ ਨਹੀਂ ਦੁਖਦੇ। ਸੋ ਸਾਡੇ ਅੱਜ ਦੇ ਕਿਸਾਨਾਂ ਨੂੰ ਤੁਸੀਂ ਕੀ ਸੰਦੇਸ਼ ਜਾਣਾ ਚਾਹੋਗੇ, ਕਿਉਂਕਿ ਤੁਹਾਡੀ ਉਮਰ ਦਾ, ਤੁਹਾਡੇ ਖੇਤੀਬਾੜੀ ਲਈ ਤਜਰਬਾ, ਤੁਹਾਡੇ
खंड नहीं मिले गुण वैदिक बारे, तुहानू बहुत सारिया नॉलेज हैगी शरीरक बीमारियों के बारे होर चीज़ों के बारे, सो उस तजर्बिया के मुख रखते तुसी साडे किसान जो साडे वीर तुहानू लाइव देख रहे ने या सारी जिंदगी तक ये यूट्यूब पर जो चढ़ जाना साडे चैनल पर तो सारी जिंदगी इसनू देख सकनगे, सो तुसी अपने साडे किसानां दे लई की संदेश देना चाहो? असीं संदेश किसानां नू यही दे रहे हैं जी भी हुण अगे अगे टाइम ये आ रहा है, एक तो बंदे नू अपनी मार्किट आप बनानी पैनी है जी, कोई भी किसान है जी, इन्हां ते अगे आंगू सरकारां ते नहीं छड्ड होना, जिहड़ी फसल बीजदे हो आपदी फसल की मार्केट खुद बनाओ ते चार पैसे कमाए जाएंगे। दूसरा नंबर सानू लेबर की बहुत घाट आनी है जी, अगे अगे जाके होर भी बहुत घट जाने, बिल्कुल ठीक कह रहे हो, अपने बच्चों को कम लाओ, फुकरी गेड़े मारनो बंद करा दो उन्होंने जी, जे चिट्टे कपड़े पाए बोल्ट नू चिट्टे कपड़े पाए लैता बोल्ट मारदा पड़ाके चलिया गया, पुलिसां ने फड़ लिया मगर छडाउण चले जाणे जी, ठीक है जी, ये काम तो भी आप हत्थी काम करना पैना ता असीं कामयाब होवांगे नहीं। हवा की वजह डिगी हुई है, बाकी विचारे बहुत वधिया हैगी है, पिछे देख रहे हां असीं मेरे सज्जे पासे वल भी सूरजमुखी लगी हुई है, ये किन्ने किले च लगी हुई है जी? अपने ये अपने लगे ने जी 8 किले, 8 किले सूरजमुखी लगी हुई है, तो सर ये की करना होंगे कि सब तो पहला तुसी इहदे फुल्लां दी तुड़ाई करोगे? हाँ जी, सब तो पहला फुल्लां दी तुड़ाई होऊ, नाले डक्के वढ़े जाणगे। अच्छा जी, फिर कंबाइन लिया के इह कट्टे जाणगे, खेत खाली किया जाऊगा, तो जिहड़ा इसका मेन बिकदा है वह इहदा बीज ही बिकदा जी? बीज ही बिकदा जी, बीज बिकदा जी, बीज चो तेल कढ़िया जाता है जिम्मे आप आम खान का तेल लेते हैं। हाँ वो तो लै जाते हैं खरीद के मंडी चो जी, कद रेट यदा कुछ होंगे कद कुछ होंगे। आप गल करिए कि किसान इसनों बीजता है तो यदि मार्केटिंग का की बनता है, ये बेचन की किमें परेशानी आती है या ईजीली विक जाती है, डिमांड हैगी इसकी? जी डिमांड हैगी जी, पहला तो खन्ने बिकती थी, हम मरोह मंडी जी वे गाहक आए। अच्छा जी, मतलब हर मंडी चो बिक जाता? हर मंडी बिक ये कि रेट होंगे? यदा रेट तो यदा अलग अलग है जी, कदे घट हुंदा कदे वध हुंदा। फिर भी जी आप औसतन गल करिए कि 1 किले चो किन्ने रुपए की पैदावार हो जाती है? ये सारा साल का खर्चा खड़ा हुंदा जी, कली फसल जी, कली फसल जीरी का आलूआं का साडा खर्च निकल, वो बचत हो जाती है, वो बचत हो जाती है, बाकी वो परली बचत हो जाती है। सो सानू जिहड़ा वड्डन लायक फुल होवे तोड़न लायक फुल होवे फुल दिखाओ जी। ये जो फुल है इस टाइम बीज तैयार है, ये विच पूरा? हां बीज तैयार है जी, अजे कच्चा है, अजे कच्चा है। इन्नू किन्ना टाइम लगेगा होर पक्कन दे विच? 10 दिन होर लग जाएंगे, ते उस तो बाद ये कल्ले पहला फुल तोड़े जाएंगे? हाँ जी फुल तोड़े जाएंगे, उस तो बाद खेत खाली किया जाऊ। हाँ थले देख रहे जी तुहाडे पैरां दे विच ये की बीजा होया जी? आपां मूंगी है जी, मूंगी दाल। हाँ जी, ये भी घर दी बन जांदी है। ठीक है जी, ते एक सानू दस्या गया कि तुसी जिहड़ी भी खेती करदे हो घर वास्ते या आम, ये जैविक करदे हो? जैविक जी, घरे घरे वास्ते जैविक करदे आं, जिहड़ी आपदी घर बनाउणी है जी, सब्जियां तां असीं उन्नियां ही लाउणे आं जिन्नियां घरे वरत हुंदियां ने। ठीक है, दालां सब्जियां ये असीं बाहर वेचण वास्ते नहीं लाउंदे, ਵੇਚਣ ਵਾਸਤੇ ਵੀ ਨਹੀਂ ਲੈਂਦੇ ਤੇ ਖਰੀਦਦੇ ਵੀ ਨਹੀਂ ਹੈਗੇ? ਨਾ ਹੀ ਖਰੀਦਣ ਜਾਂਦੇ ਆ। ਠੀਕ ਹੈ ਜੀ, ਲੋੜ ਨਹੀਂ ਪੈਂਦੀ। ਤੇ ਇਹਦੇ ਵਾਸਤੇ ਤੁਸੀਂ ਕਿਹੜੀ ਖਾਦ ਪਾਉਂਦੇ ਹੋ ਉਹ ਦੱਸੋ ਸਾਨੂੰ, ਜਿਹੜਾ ਦਿਖਾਓ ਜਿਹੜਾ ਪੱਤੇ ਸੱਤੇ ਸਾਰੇ ਛੱਡਦੇ ਨੇ ਇੱਥੇ, ਇਹਦੇ ਉੱਤੇ ਫਿਰ ਗੋਬਰ ਛੱਡਦੇ ਨੇ। ਅੱਛਾ, ਜੋ ਵੀ ਮਤਲਬ ਕਿਸੇ ਦਰਖਤਾਂ ਦੇ ਪੱਤੇ ਜਾਂ ਪੋਹਾ ਕੋਈ ਵੀ ਕੁਝ ਵੀ ਨਿਕਲਦਾ ਉਹਦੇ ਵਿੱਚ ਹੀ ਸੁੱਟੀ ਜਾਂਦੇ ਹੋ? ਇਹਦੇ ਵਿੱਚ ਸੁੱਟੀ ਜਾਂਦੇ, ਇਹ 'ਚ ਗੋਹਾ ਵੀ ਸੁੱਟਦੇ ਹੋ ਤੁਸੀਂ? ਇਹਦੇ ਉੱਪਰ ਗੋਹਾ ਸੁੱਟੀ ਜਾਂਦਾ। ਠੀਕ ਹੈ ਜੀ, ਇਹ ਦੇਸੀ ਖਾਦ ਤਿਆਰ ਹੋ ਜਾਂਦੀ ਹੈ? ਇਹ ਦੇਸੀ ਖਾਦ। ਠੀਕ ਹੈ ਜੀ, ਗੱਲ ਕਰਦੇ ਸੀਗੇ ਤੇ ਉਹਦੇ ਵਿੱਚ ਅੱਜ ਜਿਵੇਂ ਕਿਸਾਨ ਨੂੰ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਕਿ ਸਾਡੇ ਕੋਲ ਪਾਣੀ ਦੀ ਸ਼ਾਰਟ ਹੈ, ਸਾਡੇ ਪਾਣੀ ਬਹੁਤ ਡੂੰਘੇ ਚਲੇ ਗਏ ਨੇ, ਬਿਲਕੁਲ ਚਲੇ ਗਏ, ਤੇ ਇਸ ਵਾਸਤੇ ਅਸੀਂ ਜਿਵੇਂ ਜੀਰੀ ਦੀ ਫਸਲ ਨੂੰ ਘਟਾਉਣ ਦੇ ਕੀ ਉਪਰਾਲੇ ਕਰ ਸਕਦੇ ਹਾਂ ਤੇ ਕਿਸ ਤਰੀਕੇ ਨਾਲ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਜਿਹੜੀਆਂ ਅੰਗਰੇਜ਼ੀ ਖਾਦਾਂ ਨੇ ਯੂਰੀਆ ਵਗੈਰਾ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ? ਦੇਖੋ ਜੀ, ਯੂਰੀਆ ਤੋਂ ਤਾਂ ਬਚਿਆ ਜਾ ਸਕਦਾ ਵੀ ਘੱਟ ਪਾਓ ਤਾਂ ਬਚਿਆ, ਪਰ ਪੂਰਾ ਛੱਡ ਕੇ ਤਾਂ ਸਾਡੀ ਜ਼ਮੀਨ ਅਮਲੀ ਹੋ ਗਈ ਹੁਣ ਜੀ, ਉਹ ਜਿਵੇਂ ਫੀਮ ਖਾਣ ਵਾਲੇ ਦੀ ਫੀਮ 1 ਲੱਖ ਨਹੀਂ ਛਡਾਈ ਜਾਂਦੀ, ਉਹਨੂੰ ਟੈਗ ਟੈਗ ਹੈ, ਗੰਡੋਆ ਖਾਦ ਹੈ ਜਿਹੜੀ ਜੈਵਿਕ ਖੇਤੀ ਹੈ ਜਿਹੜੀ ਕੀਤੀ ਜਾ ਸਕਦੀ। ਫਿਰ ਵੀ ਦੇਖੋ 1 ਲੱਖ ਨਹੀਂ ਯੂਰੀਆ ਛੱਡਿਆ ਜਾਣਾ ਨਾ ਡਾਈ ਛੱਡਿਆ ਜਾਵੇ, ਜਿਹੜਾ ਬੰਦਾ ਅਮਲੀ ਹੋ ਗਿਆ ਨਾ ਜੀ, ਉਹਦਾ ਨਸ਼ਾ ਛਡਾਉਣ ਵਾਸਤੇ ਕਈ ਪਰਾਲੇ ਕਰਨੇ ਪੈਂਦੇ ਆ ਜੀ। ਸਾਡੀ ਜਿਵੇਂ ਕੀ ਕਰ ਸਕਦੇ ਹੋ ਤੁਸੀਂ? ਸਾਡੀ ਜ਼ਮੀਨ ਅਮਲੀ ਹੋ ਚੁੱਕੀ ਹੈ ਜੀ, ਹੁਣ ਅਸੀਂ ਦੇਸੀ ਖਾਦ ਪਾਓ, ਦੇਸੀ ਖਾਦ ਦੇ ਨਾਲ ਸਾਨੂੰ ਯੂਰੀਆ ਪਾਉਣਾ ਪੈਣਾ, ਆਸਤੇ ਆਸਤੇ ਅੱਜ ਘੱਟ ਪਾ ਲਿਆ ਅਗਲੇ ਸਾਲ ਉਦੋਂ ਘੱਟ ਪਾ ਲਿਆ ਜੀ, ਫਿਰ ਤਾਂ ਠੀਕ ਹੋ ਸਕਦਾ। ਠੀਕ ਹੈ, ਜੇ ਅਸੀਂ ਕਹੀਏ ਵੀ ਅੱਜ ਹੀ ਅਸੀਂ ਬੰਦ ਕਰ ਦਈਏ ਯੂਰੀਆ, ਉਹ ਮੁਸ਼ਕਿਲ ਹੈ।
ਦੱਸੋ ਜੇ ਆਪਾਂ ਗੱਲ ਕਰੀਏ ਸਾਡੇ ਕੋਲ ਪਾਣੀ ਦੀ ਘਾਟ ਆਉਂਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਉਹਦਾ ਕੀ ਉਪਰਾਲਾ ਕੀਤੇ ਜਾ ਸਕਦੇ ਨੇ ਕੀ ਕੀਤਾ ਜਾ ਸਕਦਾ ਕਿਵੇਂ ਅਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਆਪਣੀ ਵਿਭਿੰਨਤਾ ਕਿਵੇਂ ਕਰ ਸਕਦੇ ਅਸੀਂ ਭਿੰਨਤਾ ਇਸ ਕਰਕੇ ਇਸ ਸਾਹਮਣਾ ਕਰ ਸਕਦੇ ਹਾਂ ਇਹ ਕਰਾ ਸਕਦੀਆਂ ਸਰਕਾਰਾਂ ਜੀ ਪਰ ਸਰਕਾਰਾਂ ਤੇ ਜੇ ਆਪਾਂ ਆਸ ਰੱਖੀਏ ਤਾਂ ਆਪਾਂ ਕਾਮਯਾਬ ਹੋ ਨਹੀਂ ਸਕਦੇ ਨਹੀਂ ਦੇਖੋ ਤੁਸੀਂ ਪਹਿਲਾਂ ਤੁਸੀਂ ਵੀ ਕਹਿ ਮੈਂ ਕਹਿ ਚੁੱਕੇ ਹਾਂ ਪਰ ਸਰਕਾਰਾਂ ਇਹ ਕਰਾਉਂਦੇ ਵਿੱਚ ਜੀਰੀ ਤੋਂ ਬਿਨਾਂ ਜ਼ਿਮੀਂਦਾਰ ਦੀ ਹੋਰ ਕੋਈ ਫਸਲ ਤੇ ਰੇਟ ਨਹੀਂ ਮਿਲਦਾ ਗੱਲ ਇਹ ਹੈ ਕਿ ਪਹਿਲਾਂ ਵੀ ਤਾਂ ਆਪਾਂ ਬੀਜਦੇ ਸੀ ਨਰਮਾ ਬੀਜਦੇ ਸੀਗੇ ਉਹ ਫਸਲਾਂ ਬੀਜਦੇ ਸੀ ਮੱਕੀ ਬੀਜਦੇ ਸੀ ਅੱਜ ਅਸੀਂ ਛੱਡ ਗਏ ਹਾਂ ਛੱਡ ਨਹੀਂ ਗਏ ਉਦੋਂ ਜੀਰੀ ਆਈ ਨਹੀਂ ਸੀ ਜੀ ਉਦੋਂ ਹਲਟ ਹੱਕ ਦੇ ਰਹੇ ਹਾਂ ਜੀ ਠੀਕ ਹੈ ਨਹੀਂ ਹਲਟ ਨਾਲ ਕਿੰਨਾ ਕੁ ਪਾਣੀ ਦੇ ਰਹਿੰਦੇ ਜੀਰੀ ਨੂੰ ਜੀ ਜਦ ਤੋਂ ਟਿਊਬਵੈਲ ਲੱਗ ਗਏ ਅਸੀਂ ਉਹ ਧਰਤੀ ਨੂੰ ਨਿਚੋੜਨਾ ਸ਼ੁਰੂ ਅਸੀਂ ਧਰਤੀ ਨੂੰ ਨਿਚੋੜਨਾ ਸ਼ੁਰੂ ਕਰਤਾ ਅਤੇ ਜੇ ਹੁਣ ਮੱਕੀ ਬੀਜ ਲੈਂਦਾ ਜ਼ਿਮੀਂਦਾਰ ਦੇਖੋ ਇਹਦਾ ਸੋਣੀ ਦਾ ਇਹੀ ਹੈ ਜੀ ਮੱਕੀ ਬੀਜ ਲੈਂਦਾ ਮੱਕੀ 1700 ਰੁਪਇਆ ਰੇਟ ਇਹਨਾਂ ਨੇ ਬੰਨਿਆ 1700-1800 ਜੀ ਸਰਕਾਰ ਨੇ ਵਿਕਦੀ ਉਹ 600-800 ਨੂੰ ਹੈ ਉੱਥੇ ਆ ਕੇ ਜ਼ਿਮੀਂਦਾਰ ਕਹਿੰਦਾ ਕਿਉਂ ਬੀਜੀਏ ਨਹੀਂ ਜੇ ਆਪਾਂ ਗੱਲ ਕਰੀਏ ਜਿਹਦੇ ਕੋਲ ਥੋੜ੍ਹੀ ਜਗ੍ਹਾ 'ਚ ਅਗਰ ਕੁਛ ਮੱਕੀ ਬੀਜ ਲੈਂਦੇ ਆਪਾਂ ਉਸਦੇ ਹੋਰ ਬਹੁਤ ਪ੍ਰੋਡਕਟ ਬਣਦੇ ਨੇ ਉੱਥੇ ਉਹ ਕੰਮ ਆ ਸਕਦੀ ਹੈ ਦੇਖੋ ਚੱਕਰ ਇਹ ਹੈ ਹੁਣ ਨਵਾਂ ਕੰਮ ਚੱਲਿਆ ਬਈ ਜਿਹੜੀ ਮੁਰਗੀਆਂ ਦੀ ਫੀਡ ਬਣਦੀ ਹੈ ਹੋਰ ਬਹੁਤ ਸਾਰੀਆਂ ਫੀਡਾਂ ਬਣਦੀਆਂ ਉਹਨਾਂ ਵਿੱਚ ਪੈਂਦਾ ਉਹਨਾਂ ਦੇਖੋ ਉਹਨਾਂ 'ਚ ਤਾਂ ਪੈ ਉਹ ਵੀ ਰੇਟ ਨਹੀਂ ਮਿਲਦਾ ਉਹ ਵੀ 600-800 ਨੂੰ ਖਰੀਦਦੇ ਨੇ ਅਤੇ ਉਸ ਤੋਂ ਇਲਾਵਾ ਇੱਕ ਆਪਣੇ ਅੱਜ ਕੱਲ੍ਹ ਸਾਈਲੇਜ ਬਣਦਾ ਮੱਕੀ ਦਾ ਉਹ ਬਹੁਤ ਵਧੀਆ ਬਣਦਾ ਜਿਹਨਾਂ ਕੋਲ ਜਿਵੇਂ ਤੁਸੀਂ ਮੱਝਾਂ ਰੱਖੀਆਂ ਹੋਈਆਂ ਨੇ ਉਹਨਾਂ ਵਾਸਤੇ ਸਾਈਲੇਜ ਬਣਦਾ ਉੱਥੇ ਵਾਸਤੇ ਇਹੀ ਗੱਲ ਮੈਂ ਤੁਹਾਡੇ ਕੋਲ ਚੱਲਿਆ ਸੀ ਕਹਿਣਾ ਬਈ ਸਾਡੇ ਕਈ ਜ਼ਿਮੀਂਦਾਰਾਂ ਨੇ ਇਹ ਲਾਏ ਨੇ ਅਚਾਰ ਕਹਿੰਦੇ ਅਸੀਂ ਹਾਂਜੀ ਅਚਾਰ ਕਹਿ ਲਓ ਸਾਈਲੇਜ ਕਹਿ ਲਓ ਗੱਲ ਇੱਕੋ ਹੀ ਉਹ ਪੰਡਾਂ 'ਚ ਆਉਂਦਾ ਹੈ ਪਹਿਲਾਂ ਟੋਆ ਪੱਟ ਕੇ ਪਾਉਂਦੇ ਹੁੰਦੇ ਸੀ ਜੀ ਲੇਕਿਨ ਸਾਨੂੰ ਇਹ ਆ ਵੀ ਹਰਾ ਨਹੀਂ ਬੀਜਣਾ ਪੈਂਦਾ ਤਾਂ ਉਹ ਸਾਨੂੰ ਰੇਟ ਵਧੀਆ ਦੇ ਦਿੰਦੇ ਆ ਜੀ ਸਾਈਲੇਜ ਵਾਲੇ ਜੀ ਕਈ ਜਗ੍ਹਾ ਹੈਗੇ ਨੇ ਸਾਡੇ ਇੱਥੇ ਮਰੋ ਵੀ ਹੁਣ ਇੱਕ ਬੰਦਾ ਮੈਨੂੰ ਪਤਾ ਲੱਗਿਆ ਵੀ ਲਾ ਰਿਹਾ ਜੀ ਅਤੇ ਇੱਕ ਖੰਨੇ ਤੋਂ ਆਉਣਾ ਹੁੰਦਾ ਇੱਕ ਪਟਿਆਲਾ ਰੋਡ 'ਤੇ ਵੀ ਲੱਗਿਆ ਸਰਹੰਦ ਤੋਂ ਪਟਿਆਲਾ ਜਾਈਏ ਜੀ ਆਪਾਂ ਉੱਥੇ ਵੀ ਇੱਕ ਸਾਈਲੇਜ ਉਹਦੇ ਬਾਰੇ ਹੈਗਾ ਉਹਦੇ ਬਾਰੇ ਨੌਲੇਜ ਨਹੀਂ ਇੱਕ ਇੱਧਰ ਚੁੰਨੀ ਕੰਨੀ ਵੀ ਇੱਕ ਦੋ ਪਲਾਂਟ ਹੈਗੇ ਆਪਣੇ ਖੰਨੇ ਵਾਲੇ ਦਾ ਮੈਨੂੰ ਪਤਾ ਜੀ ਉਹ ਲਿਬੜੇ ਦਾ ਮੁੰਡਾ ਉਹਨੇ ਲਾਇਆ ਅਸੀਂ ਵੀ ਜਲਦੀ ਉਹਨਾਂ ਦੀ ਵੀਡੀਓ ਕਰਕੇ ਆਪਣੇ ਦਰਸ਼ਕਾਂ ਵਾਸਤੇ ਪਾਵਾਂਗੇ ਅਤੇ ਉਹਨਾਂ ਦਾ ਲਿੰਕ ਵੀ ਦੇਵਾਂਗੇ ਬਹੁਤ ਜਲਦੀ ਅਸੀਂ ਸਾਈਲੇਜ ਦੇ ਉੱਤੇ ਵੀ ਇਹ ਵੀਡੀਓ ਦੇਵਾਂਗੇ ਤੁਹਾਨੂੰ ਹਾਂਜੀ ਅਤੇ ਉਹਦੇ ਨਾਲ 4 ਪੈਸੇ ਬਚਦੇ ਆ ਜੀ ਉਹ 45,000 ਨੂੰ ਕਿੱਲਾ ਲੈ ਜਾਂਦੇ ਆ ਠੀਕ ਹੈ ਜੀ ਇੰਨਾ ਕੀ ਇਹ ਕਿੰਨੇ ਕੁ ਮਹੀਨੇ ਦੀ ਫਸਲ ਹੁੰਦੀ ਹੈ ਜਿਹੜੀ ਉਹ ਲੈਂਦੇ ਨੇ ਜਦੋਂ ਦਾਣੇ ਆ ਚੁੱਕੇ ਹੋ ਜਦੋਂ ਦਾਣੇ ਆ ਚੁੱਕੇ ਜੀ ਉਹ ਲਗਭਗ ਕਿੰਨਾ ਟਾਈਮ ਲੱਗ ਜਾਂਦਾ ਉਸ ਫਸਲ ਨੂੰ 3 ਮਹੀਨੇ ਜੀ 3 ਕੁ ਮਹੀਨੇ ਹਾਂਜੀ 3 ਕੁ ਮਹੀਨੇ ਜੇ ਅਗਰ 45,000 ਮਿਲ ਜਾਂਦਾ ਤਾਂ ਠੀਕ ਹੈ ਜੀ ਬਹੁਤ ਵਧੀਆ ਨਹੀਂ ਤਾਂ ਮੀਡੀਅਮ ਕਮਾਈ ਉਹਨਾਂ ਖਰਚਾ ਵੀ ਹੈ ਨਹੀਂ ਉਹਨਾਂ ਬੜਾ ਉੱਤੇ ਜੀਰੀ ਜਿੰਨਾ ਖਰਚ ਨਹੀਂ ਹੁੰਦਾ ਜੀ ਜੀ ਉਹ ਸਭ ਤੋਂ ਵੱਡੀ ਗੱਲ ਹੈ ਅਸੀਂ ਪਾਣੀ ਦੀ ਬਚਾਓ ਦੀ ਗੱਲ ਕਰਦੇ ਹਾਂ ਹਾਂਜੀ ਔਰ ਉਸ ਦੇ ਨਾਲ ਜੇ ਅਸੀਂ ਪਾਣੀ ਵੀ ਬਚਦਾ ਖਾਦਾਂ ਘੱਟ ਪਾਉਂਦੇ ਹਾਂ ਖਾਦਾਂ ਘੱਟ ਪਾਉਂਦੇ ਹਾਂ ਦੇਸੀ ਖਾਦ ਪਾਉਂਦੇ ਹਾਂ ਤਾਂ ਉਹਦੇ ਨਾਲ ਵਧੀਆ ਫਸਲ ਲਈ ਜਾ ਸਕਦੀ ਹੈ ਵਧੀਆ ਫਸਲ ਉਸ ਦੇ ਨਾਲ ਜਿਹੜੇ ਜਾਨਵਰ ਉਸਨੂੰ ਖਾਣਗੇ ਉਹ ਵੀ ਬਿਮਾਰੀਆਂ ਰਹਿਤ ਹੋਣਗੇ ਅਤੇ ਅਸੀਂ ਜਿਹੜਾ ਉਹਨਾਂ ਤੋਂ ਪ੍ਰੋਡਕਸ਼ਨ ਲਵਾਂਗੇ ਦੁੱਧ ਲਵਾਂਗੇ ਦਹੀਂ ਪਨੀਰ ਲਵਾਂਗੇ ਉਹ ਵੀ ਯੂਰੀਆ ਰਹਿ ਯੂਰੀਆ ਰਹਿਤ ਹੋਏਗਾ ਤਾਂ ਉਹ ਸਾਡੀ ਜ਼ਿੰਦਗੀ ਵਾਸਤੇ ਬਿਲਕੁਲ ਬਹੁਤ ਵਧੀਆ ਹੈ ਹਾਂਜੀ ਇਹੀ ਚੱਕਰ ਹੈ ਜੀ ਬਈ ਭਿੰਨਤਾ ਤਾਂ ਜ਼ਿਮੀਂਦਾਰ ਤਾਂ ਚਾਹੁੰਦੇ ਆ ਜੀ ਜੀ ਸਾਡਾ ਪੰਜਾਬ ਦੇ ਜ਼ਿਮੀਂਦਾਰ 'ਚ ਇੰਨਾ ਹੌਸਲਾ ਜੀ ਅਗਰ ਜੇ ਸਰਕਾਰ ਉਹਨਾਂ ਨੂੰ ਕਹੇ ਵੀ ਇੱਥੇ ਬੰਦਾ ਪੈਦਾ ਕਰਨ ਲਾ ਦਿਓ ਧਰਤੀ 'ਚ ਜੀ ਉਹ ਬੰਦਾ ਵੀ ਪੈਦਾ ਕਰ ਦੇਣਗੇ ਧਰਤੀ 'ਚ ਬੀਜ ਕੇ ਠੀਕ ਹੈ ਜੀ ਠੀਕ ਹੈ ਜੀ ਸੋ ਜੇ ਗੱਲ ਇਹ ਹੈ ਵੀ ਸਰਕਾਰ ਸਾਡੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਲੋਕਾਂ ਦਾ ਰੁਝਾਨ ਅਸੀਂ ਯੂਪੀ ਗਏ ਉੱਥੇ ਦੇਖਿਆ ਕਿ ਲੋਕਾਂ ਦਾ ਰੁਝਾਨ ਬਾਂਸ ਚੰਦਨ ਜਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਈ ਕਿਸਾਨਾਂ ਨੇ ਵਿਦੇਸ਼ਾਂ 'ਚੋਂ ਆ ਕੇ ਇੱਥੇ ਡਰੈਗਨ ਫਰੂਟ ਦੀ ਖੇਤੀ ਕੀਤੀ ਹੈ ਡਰੈਗਨ ਫਰੂਟ ਦੇ ਬਾਗ ਲਗਾਏ ਨੇ ਇੱਥੇ ਆਪਣੇ ਫਤਿਹਗੜ੍ਹ ਜ਼ਿਲ੍ਹੇ 'ਚ ਇੱਕ ਕਿਸਾਨ ਨੇ ਅਨਾਰ ਦਾ ਬਾਗ ਲਗਾਇਆ ਜੋ ਕਿ ਖੇਤੀਬਾੜੀ ਔਰ ਜੇ ਬਾਗਬਾਨੀ ਦੀ ਗੱਲ ਕਰੀਏ ਉਹ ਮਨਾ ਕਰਦੇ ਨੇ ਕਿ ਨਹੀਂ ਇੱਥੇ ਨਹੀਂ ਹੋਣਾ ਪਰ ਬਹੁਤ ਵਧੀਆ ਚੱਲ ਰਿਹਾ ਜੀ ਬਾਗ ਉਹਨਾਂ ਦਾ ਦਿਖਾ ਸਕਦੇ ਆਪਾਂ ਦੇਖ ਸਕਦੇ ਖੇਤੀਬਾੜੀ ਵਾਲੇ ਅਫਸਰ ਹੋ ਗਏ ਇਹ ਜਿਹੜੇ ਬਾਕੀ ਜਿਹੜੇ ਸਾਡੇ ਰੇਟ ਰੂਟ ਬੰਨਦੇ ਆ ਫਸਲਾਂ ਦਾ ਜੀ ਇਹ ਤਾਂ ਏਸੀਆਂ 'ਚ ਬੈਠ ਕੇ ਕਰਨ ਵਾਲੇ ਆ ਪ੍ਰੈਕਟੀਕਲ ਨਹੀਂ ਪ੍ਰੈਕਟੀਕਲ ਇਹਨਾਂ ਕੋਲ ਨਹੀਂ ਹੁੰਦਾ ਜੀ ਜੀ ਸੋ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਡਰੈਗਨ ਫਰੂਟ ਹੈ ਚੰਦਨ ਹੈ ਜਾਂ ਬਾਂਸ ਹੈ ਜਾਂ ਹੋਰ ਇਹੋ ਜਿਹੀਆਂ ਕੋਈ ਫਸਲਾਂ ਜਿਹੜੀਆਂ ਤੁਸੀਂ ਥੋੜ੍ਹਾ ਬਹੁਤ ਜਿਹਦਾ ਰਿਜ਼ਲਟ ਦੇਖਿਆ ਹੋਵੇ ਜੋ ਤੁਸੀਂ ਆਮ ਕਿਸਾਨਾਂ ਨੂੰ ਸੁਜੈਸਟ ਉਹਨੂੰ ਮੈਂ ਆਪਣੇ ਇੱਕ ਦੋਸਤ ਦੀ ਗੱਲ ਦੱਸਦਾ ਜੀ ਜੀ ਮੈਂ ਉਹਦੇ ਕੋਲ ਜਾ ਕੇ ਆਇਆ ਉਹਨੇ 3 ਕਿੱਲੇ ਉਹਦੇ ਕੋਲ 20 ਏਕੜ ਜ਼ਮੀਨ ਆ ਜੀ ਉਹਨੇ 3 ਕਿੱਲੇ ਲਾਏ ਨੇ ਨਿੰਬੂ ਵੈਰੀ ਨਾਈਸ ਉਹ 1 ਕਿੱਲੇ 'ਚੋਂ ਤੋੜਦਾ ਅੱਜ ਅਤੇ ਤੀਜੇ ਦਿਨ ਉਸ ਕਿੱਲੇ ਦੀ ਮੁੜ ਕੇ ਵਾਰੀ ਆ ਜਾਂਦੀ ਤੁੜਾਈ ਦੀ ਮੈਂ ਤਾਂ ਲੇਬਰ ਵਾਲਿਆਂ ਨੂੰ ਕੰਮ ਮਿਲਦਾ ਜੀ ਲੇਡੀਜ਼ ਇਹ ਕੰਮ ਕਰਦੇ ਰੁਜ਼ਗਾਰ ਮਿਲਦਾ ਰੁਜ਼ਗਾਰ ਮਿਲਦਾ ਬਿਲਕੁਲ ਸਹੀ ਗੱਲ ਅਤੇ ਨਾਲੇ ਉਹਦਾ ਉਹਨੂੰ ਆੜਤੀਆਂ ਕੁੰਡੇ ਜਾਣਾ ਪੈਂਦਾ ਅੱਛਾ ਜੀ ਉਹਦਾ ਨਿੰਬੂ ਦੇ ਵਿੱਚ ਵਿਕ ਜਾਂਦਾ ਖੇਤ ਦੇ ਵਿੱਚੋਂ ਟੈਂਪੂ ਆ ਕੇ ਚੱਕ ਕੇ ਲੈ ਜਾਂਦੇ ਨੇ ਆੜਤੀਏ
वेरी नाइस। सो नींबू की फसल भी अच्छी उतरती है? हाँ जी, दूए तीए साल फल पूरा देने लग गया। स्टार्ट हो जाती है पहले साल, कई फसल लेंगे ने देख रहे ने बहुत पसंद आएगी, खास करके जानकारियां ने कुछ बहुत सारिया नवी जानकारियां उन्होंने मिली ने। सो असी अपने चैनल वालों अपने दर्शकों वालों आप जी का धन्यवाद करते हैं। सो बहुत बहुत मेहरबानी। सो अपने किसान वीरां नूं कहांगे कि खेती अते अन्नदाता किसान प्लेलिस्ट दे विच इस वीडियो नूं देख सकते हो, जे पसंद आए तो लाइक करना, जिन्होंने हुण तक साडा चैनल सबसक्राइब नहीं किया तो कृपा करके चैनल नूं सबसक्राइब कर लेना, तां जो नवी नवी वीडियो यह जे बजुर्गों के तजर्बे यह जे जिमीदारों के तजर्बे तुहाडे तक पहुँचा सकीए ते तुहानू वध तो वध अपनी जमीन दे विच किसानी दे विच लाभ हो सके। धन्यवाद जी।